ਇਹ ਮਾਰੀਆ ਹਨ। ਨਿਊਯਾਰਕ ਦੇ ਕਈ ਵਸਨੀਕਾਂ ਵਾਂਗ ਜਦੋਂ ਸੜਕ ਭਾਈਚਾਰਕ ਸਰਗਰਮੀਆਂ ਲਈ ਖੁੱਲ੍ਹਦੀ ਹੈ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ। ਪਰ ਓਪਨ ਸਟ੍ਰੀਟਸ ਵਰਗਾ ਕੋਈ ਪ੍ਰੋਗਰਾਮ ਕਿਵੇਂ ਸ਼ੁਰੂ ਹੁੰਦਾ ਹੈ? ਇਸ ਲਈ ਮੇਅਰ ਤੋਂ ਲੈ ਕੇ ਸਿਟੀ ਕੌਂਸਲ ਦੇ ਸਾਰੇ ਲੋਕ ਆਪਣਾ ਕੰਮ ਸਿਰੇ ਚਾੜਦੇ ਹਨ। ਓਪਨ ਸਟ੍ਰੀਟਸ ਵਾਲੀ ਸੜਕ ਦੀ ਸ਼ੁਰੂਆਤ ਮੇਅਰ ਹੋਰਾਂ ਨੇ ਕੀਤੀ ਹੈ। ਮੇਅਰ ਸਿਟੀ ਲੈਣ ਦਾ ਪ੍ਰਬੰਧ ਕਰਦੇ ਹਨ। ਉਹ ਤਜਵੀਜ਼ ਦੇ ਸਕਦੇ ਹਨ, ਵੀਟੋ ਕਰ ਸਕਦੇ ਹਨ ਅਤੇ ਕਾਨੂੰਨ ਬਣਾ ਸਕਦੇ ਹਨ। ਉਹ ਸ਼ਹਿਰ ਅਤੇ ਖਾਸ ਪ੍ਰੋਗਰਾਮਾਂ ਦੋਹਾਂ ਲਈ ਬਜਟ ਤਜਵੀਜ਼ ਕਰਦੇ ਹਨ ਅਤੇ ਕੰਮ ਪੂਰਾ ਕਰਨ ਲਈ ਲੋਕਾਂ ਨੂੰ ਕੰਮ ਤੇ ਰੱਖਦੇ ਹਨ। ਸਿਟੀ ਕੌਂਸਲ ਨੇ ਹਰਮਨ ਪਿਆਰੇ ਪ੍ਰੋਗਰਾਮ ਵਧਾਉਣ ਲਈ ਬਿੱਲ ਤਜਵੀਜ਼ ਕੀਤਾ ਹੈ। ਸਿਟੀ ਕੌਂਸਲ ਵਿੱਚ 51 ਮੈਂਬਰ ਹਨ ਜੋ ਬਿੱਲ ਤਜਵੀਜ਼ ਕਰਦੇ ਹਨ ਅਤੇ ਵੋਟ ਪਾਉਂਦੇ ਹਨ। ਉਹ ਸ਼ਹਿਰ ਭਰ ਵਿਚਲੇ ਗਵਾਂਢਚਾਰੇ ਦੀ ਨੁਮਾਇੰਦਗੀ ਕਰਦੇ ਹਨ। ਮੇਅਰ ਪਸਾਰ ਨਾਲ ਸਹਿਮਤ ਹਨ ਅਤੇ ਸਿਟੀ ਕੌਂਸਲ ਨੇ ਉਹਨਾਂ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਨਜ਼ੂਰ ਪਲਾਨ ਕੰਟਰੋਲਰ ਨੂੰ ਭੇਜ ਦਿੱਤਾ ਗਿਆ ਹੈ। ਕੰਟਰੋਲਰ ਸ਼ਹਿਰ ਦੇ ਫਾਈਨੈਂਸ਼ੀਅਲ ਸਲਾਹਕਾਰ ਅਤੇ ਅਕਾਊਂਟੈਂਟ ਹਨ। ਮਾਰੀਆ ਹੋਰਾਂ ਨੇ ਸ਼ਹਿਰ ਦੀਆਂ ਪੂੰਜੀਕਾਰੀਆਂ ਅਤੇ ਫਾਈਨੈਂਸ ਦਾ ਜਾਇਜ਼ਾ ਲਿਆ ਹੈ। ਉਹਨਾਂ ਨੇ ਤਦਾਦ ਵੇਖੀ ਅਤੇ ਪਤਾ ਲਾਇਆ ਸੀ ਕਿ ਅਸਲ ਵਿੱਚ ਓਪਨ ਸਟ੍ਰੀਟਸ ਨੇ ਸਥਾਨਕ ਕਾਰੋਬਾਰਾਂ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ। ਨਿਊਯਾਰਕ ਦੀਆਂ 5 ਬਰੋ ਵਿੱਚੋਂ ਹਰੇਕ ਵਿੱਚ ਇੱਕ ਪ੍ਰਧਾਨ ਹੈ ਜੋ ਆਪਣੇ ਸਥਾਨਕ ਹਿੱਸਿਆਂ ਦੀ ਤਰਫੋਂ ਆਉਣ ਵਾਲੇ ਮਸਲੇ ਸੁਣਦੇ ਹਨ ਅਤੇ ਉਹਨਾਂ ਦੀ ਵਕਾਲਤ ਕਰਦੇ ਹਨ। ਉਦਾਹਰਣ ਲਈ, ਓਪਨ ਸਟ੍ਰੀਟਸ ਨੂੰ ਹੋਰ ਨਿਰਪੱਖ, ਸੌਖਾ ਅਤੇ ਸੁਰੱਖਿਅਤ ਕਿਵੇਂ ਰੱਖਿਆ ਜਾਏ? ਬਰੋ ਦੇ ਪ੍ਰਧਾਨ ਭਾਈਚਾਰੇ ਸੰਬੰਧੀ ਬੋਰਡ ਦੇ ਨੁਮਾਇੰਦਿਆਂ ਨੂੰ ਨਿਯੁਕਤ ਕਰਕੇ ਜਾਂ ਆਪਣੇ ਬਰੋ ਦੇ ਅੰਦਰ ਦੀਆਂ ਸੰਸਥਾਵਾਂ ਨੂੰ ਗ੍ਰਾਂਟਾਂ ਦੇ ਕੇ ਇਹਨਾਂ ਮਸਲਿਆਂ ਨੂੰ ਹੱਲ ਕਰ ਸਕਦੇ ਹਨ। ਸਰਕਾਰੀ ਵਕੀਲ ਗੱਲ ਹੈਰਾਨੀ ਵਾਲੀ ਹੈ, ਪਰ ਉਹ ਸ਼ਹਿਰ ਵਿੱਚ ਸਾਰਿਆਂ ਵੱਲੋਂ ਵਕਾਲਤ ਕਰਦੇ ਹਨ। ਉਹ ਨਿਊਯਾਰਕ ਸ਼ਹਿਰ ਦੇ ਕਿਸੇ ਵੀ ਵਸਨੀਕ ਦੀ ਗੱਲ ਸੁਣਦੇ ਹਨ ਅਤੇ ਯਕੀਨੀ ਬਣਾਉਂਦੇ ਹਨ ਕਿ ਸ਼ਹਿਰ ਦੀਆਂ ਏਜੰਸੀਆਂ ਸਾਡੀ ਜ਼ਰੂਰਤਾਂ ਲਈ ਜਵਾਬਦੇਹ ਹਨ। ਇਸ ਲਈ ਸਰਕਾਰੀ ਵਕੀਲ ਨੇ ਓਪਨ ਸਟ੍ਰੀਟਸ ਲਈ ਪਰਮਿਟ ਲੈਣ ਦਾ ਕੰਮ ਆਸਾਨ ਕਰ ਦਿੱਤਾ ਹੈ ਅਤੇ ਸੁਝਾਅ ਦਿੱਤਾ ਹੈ ਕਿ ਇਹ ਪਹਿਲ ਬਣੀ ਰਹੇ। ਮਾਰੀਆ ਹੋਰਾਂ ਦੇ ਸਥਾਨਕ ਦਫ਼ਤਰ ਓਪਨ ਸਟ੍ਰੀਟਸ ਨੂੰ ਚੰਗੇ ਕੰਮ ਲਈ ਓਪਨ ਰੱਖਣ ਵਾਸਤੇ ਆਪਣੇ ਭਾਈਚਾਰੇ ਦੀ ਮਦਦ ਕਰਦੇ ਹਨ। ਵੋਟ ਦੇ ਕੇ ਸਾਨੂੰ ਆਪਣੇ ਚੁਣੇ ਹੋਏ ਲੀਡਰਾਂ ਬਾਰੇ ਫੈਸਲਾ ਕਰਨਾ ਪੈਣਾ ਹੈ ਅਤੇ ਜਵਾਬ ਵਿੱਚ ਸ਼ਹਿਰ ਦੇ ਭਵਿੱਖ ਨੂੰ ਸੁਆਰਨਾ ਹੈ, ਜਿਸ ਨੂੰ ਅਸੀਂ ਸਾਰੇ ਘਰ ਕਹਿੰਦੇ ਹਾਂ। nycvotes.org ਤੇ ਸਥਾਨਕ ਦਫ਼ਤਰਾਂ ਅਤੇ ਉਮੀਦਵਾਰਾਂ ਬਾਰੇ ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰੋ।